ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੀ ਮਸ਼ਹੂਰ ਦੁਕਾਨ ਏਵਨ ਗਾਰਮੈਂਟਸ ਦੇ ਮਾਲਿਕ ਕੁਲਵੰਤ ਸਿੰਘ ਦੇ ਘਰ ਅੱਧੀ ਰਾਤ ਦੇ ਕਰੀਬ ਚੋਰੀ ਹੋਣ ਦੀ ਖਬਰ ਅੱਗ ਵਾਂਗ ਸਾਰੇ ਇਲਾਕੇ ਵਿੱਚ ਫੈਲ ਗਈ। ਹਾਲਾਂਕਿ ਚੋਰੀ ਦੌਰਾਨ ਘਰ ਦੇ ਮਾਲਿਕ ਕੁਲਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਘਰ ਦੇ ਹੀ ਇੱਕ ਕਮਰੇ ਵਿੱਚ ਸੌ ਰਹੇ ਸਨ, ਪਰ ਫਿਰ ਵੀ ਚੋਰਾਂ ਵੱਲੋਂ ਉਹਨਾਂ ਨੂੰ ਭਨਕ ਦਿੱਤੇ ਬਗੈਰ ਲੱਖਾਂ ਰੁਪਏ ਘਰ 'ਚੋਂ ਉਡਾ ਲਏ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਉਹਨਾਂ ਦੇ ਘਰ ਦੇ ਮੋਕ 'ਤੇ ਜਾਂਗਲੇ ਤੋੜ ਕੇ ਘਰ ਵਿੱਚ ਐਂਟਰੀ ਕੀਤੀ ਗਈ ਅਤੇ ਜਿੱਥੇ ਉਹ ਸੁੱਤੇ ਸਨ ਉਸ ਦੇ ਆਸ ਪਾਸ ਦੇ ਕਮਰਿਆਂ ਵਿੱਚ ਚੋਰਾਂ ਨੇ ਲੱਖਾਂ ਦੀ ਨਕਦੀ ਉਡਾ ਲਈ, ਜਿਸ 'ਤੇ ਉਹ ਪੁਲਿਸ ਪਾਸੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਵਾਰਦਾਤ ਨੂੰ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਾਨੂੰ ਇਨਸਾਫ ਦਵਾਇਆ ਜਾਏ। ਕੁਲਵੰਤ ਸਿੰਘ ਜੀ, ਅਤੇ ਕੀ ਵਾਕਿਆ ਹੋਇਆ ਜੀ? ਇਹ ਰਾਤ ਹੀ ਚੋਰ ਆਏ ਆ ਜੀ, ਤਕਰੀਬਨ 4-5 ਲੱਖ ਰੁਪਈਆ ਲੈ ਗਏ ਜੀ। ਲੜਕੇ ਸਾਡੇ ਬਾਹਰ ਰਹਿੰਦੇ ਦੋਵੇਂ ਜਰਮਨ ਵਿੱਚ, ਠੀਕ ਹੈ ਜੀ। ਉਹ ਇਹਦੀ ਮੰਮੀ ਨੂੰ ਪੈਸੇ ਦੇ ਦੂ ਜਾਂਦੇ ਆ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਜਦੋਂ ਮਾਰਨਿੰਗ ਉੱਠੇ? ਹਾਂਜੀ ਹਾਂਜੀ, ਇਹ ਜਦੋਂ ਲਾਈਟ ਗਈ ਆ ਜੀ ਰਈਏ 'ਚ। ਅੱਛਾ ਜੀ, ਹਾਂਜੀ। ਕਿੰਨਾ ਕੁ ਟਾਈਮ ਹੋਏਗਾ? ਤਕਰੀਬਨ 12:30 ਹੀ ਸੁੱਤੇ ਹਾਂ, ਉੱਤੋਂ ਬਾਅਦ ਪਤਾ ਨਹੀਂ ਲੱਗਾ ਜੀ। ਅੱਛਾ ਜੀ, ਨਾ ਉਹਨਾਂ ਨੇ ਖੜਾ ਕੇ ਹੋਣ ਦਿੱਤਾ। ਅੱਛਾ ਜੀ, ਕਿਵੇਂ ਤਾਂ ਘਰ ਦੇ ਵਿੱਚ ਐਂਟਰ ਕਿਵੇਂ ਹੋਏ? ਇਹ ਐਂਟਰ ਹੋਏ ਜੀ, ਜੰਗਲਾ ਤੋੜਿਆ ਵਾ। ਅੱਛਾ ਜੀ, ਉੱਥੇ ਟੂਟੀ ਵਾਲਾ ਪੈਪ ਹੀ ਉਹਦੇ ਨਾਲ ਥੱਲੇ ਉਤਰ ਗਿਆ। ਅੱਛਾ ਜੀ, ਅਤੇ ਮੁੜ ਕੇ ਪੌੜੀਆਂ ਦਾ ਬੂਹਾ ਖੋਲ੍ਹਿਆ। ਅੱਛਾ, ਵਾਰਦਾਤ ਕਰਕੇ ਪੌੜੀਆਂ ਥਾਣੀ ਚੱਲ ਗਏ, ਠੀਕ ਹੈ, ਅਤੇ ਬਾਹਰੋਂ ਪੌੜੀਆਂ ਦਾ ਬੂਹਾ ਮਾਰ ਗਏ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਜੀ? ਹਾਂਜੀ ਹਾਂਜੀ, ਪੁਲਿਸ ਨੇ ਸਵੇਰੇ ਦਿੱਤੀ ਹੈ ਜੀ, 6:30 ਤਕਰੀਬਨ, ਠੀਕ ਹੈ ਜੀ। ਪੁਲਿਸ ਵਾਲੇ ਆਏ ਸੀ ਜੀ, ਉਹ ਫਿੰਗਰ ਫੁੰਗਰ ਲੈ ਗਏ ਆ। ਅੱਛਾ ਜੀ, ਅਤੇ ਵਾਰਦਾਤ ਦਾ ਵੇਖ ਗਏ ਆ ਵੀ ਕਿਹੜੀ ਸਾਈਡ ਤੋਂ ਆਈ ਆ, ਠੀਕ ਹੈ ਜੀ। ਹੁਣ ਅਗਲੀ ਕਾਰਵਾਈ ਕਹਿੰਦੇ ਕਰ ਦਿੰਦੇ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ, ਪੁਲਿਸ ਪ੍ਰਸ਼ਾਸਨ ਕੋਲੋਂ? ਅਸੀਂ ਤਾਂ ਇਨਸਾਫ ਹੀ ਚਾਹੁੰਦੇ ਹਾਂ ਜੀ, ਗਾਂਹ ਹੋਰ ਵੀ ਕਿਸੇ ਦੇ ਘਰ ਨਾਲ ਇਹੋ ਜਿਹਾ ਕੰਮ ਹੋਵੇ।